मैं होका अभियान साडा शुरू कीता सी, साडा गीत भी आया सी, तां इक लामबंदी कर रहे हैं। वैसे तो सब नूं ही पता है कि जो जो गतिविधियां दिल्ली धरने ते चल रही ने, पर फिर भी एक काम का दौर है कद्दू दे विच साडा किसान भाईचारा जिहड़ा व्यस्त है। असी लामबंदी कर रहे हैं खास करके नौजवानों नूं, होर साडा भाईचारा जिहड़ा किसान मजदूर भाईचारा कि जिहड़े साडे बजुर्ग दिल्ली बैठे आ, जिन्हां नूं लोड़ है कि वह आस करते हैं कि साडा वड्डा भाईचारा लखां दी गिणती च पंजाब चों आऊगा। सो असी बेनती करते हैं संगत नूं कि जिन्ना भी वध तो वध जिहदे तों हो सकता वह दिल्ली दीआं सरहद्दां वल नूं चाले पाओ, क्योंकि यह संघर्ष साडा सब दा है, साडे इकल्ले बजुर्गां दा नहीं, साडा आउण वाला फ्यूचर साडा है, ये खेतां दे वास आउण वाले समें च असीं हैं, ते अज वड्डी लोड़ साडी है कि असीं दिल्ली दीआं सरहद्दां ते जाके अपने बजुर्गां दे मोढे नाल मोढा लाईए। ਭਾਜਪਾ ਜੀ 26 ਤਰੀਕ ਤੋਂ ਬਾਅਦ ਅੰਦੋਲਨ ਕੁਛ ਠੰਡਾ ਪੈ ਗਿਆ ਸੀ, ਕੋਸ਼ਿਸ਼ਾਂ ਕੀਤੀਆਂ ਗਈਆਂ ਠੰਡਾ ਪਾਉਣ ਦੀ ਏਜੰਸੀਆਂ ਵੱਲੋਂ, ਉਹਦੇ ਬਾਰੇ ਕੀ ਕਹੋਗੇ? ਉਹ ਗਵਰਨਮੈਂਟ ਨੇ ਆਪਣਾ ਜ਼ੋਰ ਲਾਉਣਾ ਸੀਗਾ ਜੀ, ਸਾਡਾ ਆਪਦਾ ਜ਼ੋਰ ਲੱਗਿਆ ਹੋਇਆ, ਠੰਡਾ ਅਸੀਂ ਪੈਣ ਨਹੀਂ ਦਿੱਤਾ ਹੈਗਾ। ਠੀਕ ਹੈ, ਲੋਕਾਂ 'ਚ ਥੋੜ੍ਹਾ ਜਿਹਾ ਇੱਕ ਜਿਹਨੂੰ ਕਹਿ ਦਈਏ ਭੰਬਲ ਭੂਸਾ ਜਿਹਾ ਕ੍ਰੀਏਟ ਹੋਇਆ ਸੀਗਾ ਕਿ ਏਜੰਸੀਆਂ ਦੇ ਥਰੂ ਜਿਹੜਾ ਭੰਡੀ ਪ੍ਰਚਾਰ ਬੀਜੇਪੀ ਦੀ ਗਵਰਨਮੈਂਟ ਨੇ ਮੀਡੀਆ ਦੇ ਥਰੂ ਕਰਵਾਇਆ ਗਿਆ, ਤਾਂ ਅੱਜ ਦੀ ਜਿਹੜਾ ਅੱਜ ਦਾ ਸਿਨੈਰੀਓ ਆ ਉਹ ਬਿਲਕੁਲ ਸਹੀ ਹੈ। ਅੱਜ ਦੁਬਾਰੇ ਲੋਕਾਂ ਨੂੰ ਸਮਝ ਆ ਚੁੱਕਿਆ ਕਿ ਇਹ ਸਾਰਾ ਕੁਝ ਕੀਤਾ ਧਰਿਆ ਸਰਕਾਰ ਦਾ ਹੀ ਹੋਇਆ ਸੀ। ਅੱਜ ਲੋਕ ਬਿਲਕੁਲ ਅਵੇਅਰ ਨੇ ਅਤੇ ਇਹ ਗੱਲ ਕਹਿ ਰਹੇ ਆ ਕਿ ਕੱਦੂ ਦਾ ਕੰਮ ਨਿਬੜ ਜਾਵੇ। ਉਦੋਂ ਬਾਅਦ ਅਸੀਂ ਵੱਡੀ ਗਿਣਤੀ 'ਚ ਕਾਫਲੇ, ਜਿਵੇਂ ਮੈਨੂੰ ਚੇਤੇ ਆ ਇਸ ਟੋਲ ਪਲਾਜ਼ੇ ਤੋਂ ਅਸੀਂ ਇੱਕ ਵੱਡਾ ਕਾਫਲਾ 26 ਨੂੰ ਰਵਾਨਾ ਕੀਤਾ ਸੀ, ਆਉਣ ਵਾਲੇ ਦਿਨਾਂ 'ਚ ਵੀ ਵੱਡੀ ਗਿਣਤੀ 'ਚ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਉਹ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਚਾਲੇ ਪਾਉਣਗੇ। ਪਿੰਡਾਂ 'ਚ ਰਾਜਨੀਤਿਕ ਪਾਰਟੀਆਂ ਦਾ ਆਉਣਾ ਮਨਾ ਕੀਤਾ ਸਾਰੀਆਂ ਦਾ ਪਹਿਲਾਂ, ਫਿਰ ਦੂਸਰੇ ਦਿਨ ਬਿਆਨ ਆਇਆ ਸਿਰਫ ਭਾਜਪਾ ਦੀ ਭਾਈਵਾਲਾਂ ਦਾ ਹੀ ਵਿਰੋਧ ਕੀਤਾ ਜਾਵੇ, ਇਸ ਦਾ ਕੀ ਕਾਰਨ? ਨਹੀਂ ਦੇਖੋ ਜੀ, ਇਹ ਤਾਂ ਆਪ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਲੋਕਾਂ ਦਾ ਇੱਕ ਆਪਦਾ ਡਿਸੀਜ਼ਨ ਹੈ ਕਿ ਕਿਹਨੂੰ ਵੋਟਾਂ ਪਾਉਣੀਆਂ, ਕਿਹਨੂੰ ਨਹੀਂ ਪਾਉਣੀਆਂ। ਵੋਟਾਂ ਗਲਤ ਸਰਕਾਰਾਂ ਚੁਣ ਕੇ ਅੱਜ ਡੁੱਬੀ ਤਾਂ ਜੇ ਸਾਹ ਨਹੀਂ ਆਇਆ, ਚੁਣੀਆਂ ਹੋਈਆਂ ਸਾਡੀਆਂ ਹੀ ਸਰਕਾਰਾਂ ਨੇ, ਜਦੋਂ ਸਾਡੇ 'ਤੇ ਐਸੀਆਂ ਨੀਤੀਆਂ ਲਾਗੂ ਕਰਦੀਆਂ ਨੇ ਫਿਰ ਅਸੀਂ ਪਛਤਾਉਂਦੇ ਹਾਂ, ਤਾਂ ਇਹ ਚੀਜ਼ ਲੋਕਾਂ ਨੂੰ ਦੇਖਣੀ ਚਾਹੀਦੀ ਹੈ। ਸੰਯੁਕਤ ਮੋਰਚੇ ਦਾ ਫੈਸਲਾ ਆਇਆ ਕਿ ਜਿਹੜੇ ਬੀਜੇਪੀ, ਇਹ ਨਹੀਂ ਬਿਆਨ ਮੈਂ ਹਾਲੇ ਤੱਕ ਸੁਣਿਆ ਕਿ ਬੀਜੇਪੀ ਦੇ ਨਾਲ ਭਾਈਵਾਲ ਪਾਰਟੀਆਂ, ਪਰ ਮੈਨੂੰ ਇਹ ਲੱਗਦਾ ਕਿ ਸਿਆਸੀ ਲੋਕ ਸਾਰੇ ਇੱਕ ਤਰ੍ਹਾਂ ਦੇ ਹੁੰਦੇ ਆ, ਜੇ ਵਿਰੋਧ ਕਰਨਾ ਚਾਹੀਦਾ ਤਾਂ ਸਾਰਿਆਂ ਦਾ ਹੀ ਕਰਨਾ ਚਾਹੀਦਾ, ਅਤੇ ਅਸੀਂ ਕਰ ਵੀ ਰਹੇ ਹਾਂ। 2022 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਜੇ ਆਪਾਂ ਮੰਨੀਏ, ਸੰਯੁਕਤ ਮੋਰਚੇ ਵੱਲੋਂ ਇਲੈਕਸ਼ਨ ਲੜਨ ਦਾ ਕੋਈ ਪ੍ਰੋਗਰਾਮ ਬਣਾਇਆ ਜਾ ਸਕਦਾ ਇਸ ਅੰਦੋਲਨ ਨੂੰ ਤੇਜ਼ ਕਰਨ ਲਈ? ਅੱਜ ਪੰਜਾਬ ਦੇ ਘਰ ਘਰ 'ਚ ਇਹ ਗੱਲ ਹੋ ਰਹੀ ਹੈ ਕਿ ਕਿਸਾਨਾਂ ਦੀ ਆਪਦੀ ਇੱਕ ਸੱਤਾ ਧਿਰ ਚਾਹੀਦੀ, ਆਪਦੀ ਸਰਕਾਰ ਚਾਹੀਦੀ ਹੈ, ਪਰ ਉਹ ਫੈਸਲਾ ਉਹਨਾਂ ਦਾ, ਕਿਉਂਕਿ ਉਹ ਲੰਬੇ ਸਮੇਂ ਤੋਂ ਕਿਸਾਨੀ ਦੀ ਲੜਾਈ ਲੜਦੇ ਆ ਰਹੇ ਆ। ਜੇ ਪੰਜਾਬ 'ਚ ਕਿਸਾਨਾਂ ਦੀ ਸਰਕਾਰ ਆਊਗੀ ਤਾਂ ਮੈਨੂੰ ਲੱਗਦਾ ਇਦੋਂ ਵੱਡੀ ਖੁਸ਼ਕਿਸਮਤੀ ਦੀ ਕੋਈ ਗੱਲ ਨਹੀਂ ਹੋਊਗੀ। ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹ ਜੰਗ ਜਿੱਤ ਕੇ, ਪਹਿਲਾਂ ਜਿੱਤ ਕੇ, ਜੇ 22 ਤੱਕ ਇਹ ਜੰਗ ਸਾਡੇ ਤੋਂ ਜਿੱਤੀ ਨਾ ਗਈ ਫਿਰ ਨਹੀਂ, ਪਹਿਲਾਂ ਇਹ ਜੰਗ ਜਿੱਤ ਕੇ ਜੇ ਉਹਨਾਂ ਨੂੰ ਸਿਆਸਾ ਵੋਟਾਂ 'ਚ ਆ ਵੀ ਜਾਣਗੇ ਤਾਂ ਅਸੀਂ ਉਹਨਾਂ ਦਾ ਬਿਲਕੁਲ ਸਮਰਥਨ ਵੀ ਕਰਾਂਗੇ ਅਤੇ ਸਵਾਗਤ ਵੀ ਕਰਾਂਗੇ। ਨੌਜਵਾਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਸਾਡਾ ਸੰਘਰਸ਼ ਹੈ, ਹਾਲੇ ਤੱਕ ਅਸੀਂ ਜਿੱਤੇ ਨਹੀਂ, ਗੌਰਮੈਂਟ ਨੇ ਲੰਬਾ ਪਾਤਾ, ਏਜੰਸੀਆਂ ਦੇ ਬੰਦੇ ਵਿੱਚ ਵਾੜ ਕੇ ਇਹਨੂੰ ਤਾਰ ਪੀਡੋ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਆਪਾਂ ਕਿਸੇ ਦੀ ਕਿਸੇ ਅਫਵਾਹ 'ਤੇ ਨਹੀਂ ਜਾਣਾ, ਜੋ ਸੰਯੁਕਤ ਮੋਰਚਾ ਕਹਿ ਰਿਹਾ, ਜਿੰਨੇ ਸਾਡੇ ਬਜ਼ੁਰਗ ਉੱਥੇ ਬੈਠੇ ਆ, ਲਗਾਤਾਰ ਜਿੰਨੀ ਵੀ ਵੱਧ ਤੋਂ ਵੱਧ ਗਿਣਤੀ ਹੋ ਸਕਦੀ ਹੈ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਇਕੱਠ ਕਰਕੇ ਲੈ ਕੇ ਜਾਓ। ਬਹੁਤ ਮਿਹਰਬਾਨੀ।